ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਯੂਕੇ ਤੋਂ। ਅੱਜ ਸਾਊਥ ਹਾਲ ਦੇ ਵਿੱਚ ਆਪਾਂ ਨਵਾਂ ਆਫਿਸ ਖੋਲ੍ਹਿਆ ਇੱਥੇ, ਅਤੇ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਇੱਥੇ। ਉਸ ਤੋਂ ਬਾਅਦ ਹੁਣ ਅਸੀਂ ਆਉਣ ਵਾਲੇ ਐਤਵਾਰ ਜੋ ਕਿ 11 ਦਸੰਬਰ 2016 ਉਦੋਂ ਆਪਾਂ ਫੰਡ ਰੇਜ਼ਿੰਗ ਲੰਚ ਔਰਗਨਾਈਜ਼ ਕਰ ਰਹੇ ਹੈਗੇ ਹਾਂ ਹੰਸਲੋ ਦੇ ਵਿੱਚ, ਕਿੰਗਸ ਕੜਾਈ ਰੈਸਟੋਰੈਂਟ ਦੇ ਵਿੱਚ। ਅਤੇ ਮੈਂ ਸਾਰੇ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ, ਅਤੇ ਉੱਥੇ ਸਾਡੀ ਸੀਨੀਅਰ ਲੀਡਰਸ਼ਿਪ ਟੀਮ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਵੀ ਪੰਜਾਬ ਤੋਂ ਕੋਈ ਲੀਡਰਸ਼ਿਪ ਸਾਡੇ ਨਾਲ ਗੂਗਲ ਹੈਂਗਆਊਟ ਦੇ ਰਾਹੀਂ ਜੁੜੇਗੀ, ਅਤੇ ਤੁਸੀਂ ਉਹਨਾਂ ਨਾਲ ਆਪਣੇ ਸਵਾਲ ਜਵਾਬ ਕਰ ਸਕਦੇ ਹੋ, ਅਤੇ ਉਹ ਆਪਣੀ ਅੱਗੇ ਦੀ ਪੰਜਾਬ ਦੇ ਵਿੱਚ ਸਟ੍ਰੈਟਜੀ ਕੀ ਹੋਏਗੀ ਚੋਣ ਜਾਬਤਾ ਲੱਗਣ ਤੋਂ ਬਾਅਦ, ਉਹਦਾ ਵੀ ਥੋੜ੍ਹਾ ਜਿਹਾ ਸਰੂਪ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਅਤੇ ਸਾਰਿਆਂ ਹੀ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਅਤੇ ਇਨਵੀਟੇਸ਼ਨ ਦੇਣਾ ਚਾਹੁੰਦਾ ਹਾਂ ਕਿ ਤੁਸੀਂ 11 ਦਸੰਬਰ 2016 ਕਿੰਗਸ ਕੜਾਈ ਹੰਸਲੋ ਦੇ ਵਿੱਚ ਆਓ, ਅਤੇ ਪੰਜਾਬ ਨੂੰ ਪੰਜਾਬ ਬਣਾਉਣ ਦਾ ਜਿਹੜਾ ਸਾਡਾ ਸੁਪਨਾ ਆ ਉਹ ਅਸੀਂ ਯੂਕੇ ਤੋਂ ਵੀ ਆਪਣਾ ਸਹਿਯੋਗ ਪਾਈਏ। ਇਨਕਲਾਬ ਜਿੰਦਾਬਾਦ।